ਅਸਲਾਮ ਅਲੈਕੁਮ ਦੋਸਤੋ, ਛੁਪੇ ਰਸਮ ਟੀਮ ਦੇ ਨਾਲ ਤਾਰਾ ਵਜ਼ਮਾਰ ਤਾਰਾ ਸਜਣ ਤਾਰਾ ਬੇਲ ਨਹੀਂ ਰਜ਼ਾ, ਜਿਵੇਂ ਕਿ ਛੁਪੇ ਰਸਮ ਦੀ ਕਾਵਿਸ਼ ਨਾ ਦੀ ਖਾਹਿਸ਼ ਨਾ ਦੇ ਕਿ ਤਾਰੇ ਕੋ ਅੱਛੇ ਤੇ ਗੁਲੂਕਾਰ ਮੌਸੀਕੀ ਵਾਲਾ ਫਨਕਾਰ ਗਿਣ ਕੇ ਆਏ, ਜਿਵੇਂ ਕਿ ਅੱਜ ਸਾਡੇ ਨਾਲ ਮੌਜੂਦ ਹਨ ਉਸਤਾਦ ਰਫੀਕ ਕਰਾਚੀ ਦੇ ਰਹਿਣ ਵਾਲੇ, ਅੱਜ ਇਹਨਾਂ ਨਾਲ ਗੱਲ ਮੁਹਾੜ ਕਰੇ ਸੂ, ਇਹਨਾਂ ਕੋਲ ਪੁੱਛ ਕਿ ਤੁਸੀਂ ਮੌਸੀਕੀ ਕਿਵੇਂ ਸਿੱਖੇ ਵੇ, ਕਿੱਥੋਂ ਸਿੱਖੇ ਵੇ, ਤਾਰੇ ਕਿਹੜੇ ਉਸਤਾਦ ਹਨ? ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਤੁਹਾਡਾ ਨਾਮ ਉਸਤਾਦ ਰਫੀਕ, ਮੈਂ ਤਾਰਫ ਕਰਾ ਰਿਹਾ, ਤੁਸੀਂ ਸਾਡੇ ਫਾਲੋਅਰ ਕੋ ਤਾਰਫ ਕਰਵਾ ਦਿਓ, ਆਪਣਾ ਬਿਲਕੁਲ ਮੁਕੰਮਲ ਤਾਰਫ ਕਰਵਾ ਦਿਓ। ਮੇਰਾ ਨਾਮ ਮੁਹੰਮਦ ਰਫੀਕ ਹੈ, ਮੈਂ ਕਰਾਚੀ ਰਹਿਣਾ ਤੇ ਜ਼ਿਲ੍ਹਾ ਮੁਲਤਾਨ ਤਹਿਸੀਲ ਸ਼ੁਜਾਬਾਦ ਦੇ ਰਹਿਣ ਵਾਲਾ ਬੇਸਿਕਲ। ਜੀ ਜੀ, ਆ ਸਾਰੇ ਫਾਲੋਅਰ ਕੋ ਸਾਰੇ ਦੋਸਤਾਂ ਨੂੰ ਕੀ ਸੁਣਾਉਂਦੇ ਪਏ ਵੇ? ਬਸ ਕੋਈ ਚੰਦ ਡੋੜੇ ਹਨ ਜੀ ਦੋਸਤੋ, ਉਸਤਾਦ ਰਫੀਕ ਤੱਕ ਚੰਦ ਡੋੜੇ ਦੇ ਮੈਂ ਗਾਣਾ ਸੁਣਿਆ ਜੀ, ਤੇ ਸਾਰੇ ਚੈਨਲ ਨੂੰ ਪਹਿਲੇ ਸਬਸਕ੍ਰਾਈਬ ਕਰ ਲਿਓ, ਲਾਈਕ ਕਰ ਲਿਓ, ਕਮੈਂਟ ਕਰ ਲਿਓ ਤੇ ਬੈਲ ਦਾ ਬਟਨ ਦਬਾ ਲਿਓ। ਓਏ ਤੂੰ ਮੰਗਤਾ ਸਹੀ, ਮੰਗ ਵੇਲਾ ਤੀ, ਮੰਗ ਗੱਲ ਦੀ ਰਾਤ ਪਰਵਾਹ ਕੈਨੀ, ਤੈਨੂੰ ਆਪਣੇ ਬਾਣ ਦੀ ਜਾ ਦੇਂਦਾ, ਤੋੜੇ ਮੇਡੇ ਬਾਣ ਦੀ ਜਾ ਕਹਿਨੀ। ਕਮਾਲ ਸਾਰ ਰਫੀਕ ਨੇ ਕਮਾਲ ਕਰ ਦਿੱਤੀ ਹੈ। ਤੇ ਕੁੰਜ ਮੇਡੀ ਜੋ ਜੈ ਜਾਤ ਹੈ ਨਾ ਤੇ ਦੇ, ਤੇ ਕੁਨਾ ਦੇਵਾਂ ਬਿਆਰਾ ਕਹਿਨੀ, ਮੈਂ ਜਾਬਰ ਜਗ ਕੂੰ ਆਖ ਦੀ ਤੈ, ਤੇਰੀ ਪੂਜਾ ਕਰਨ ਗੁਨਾ ਕਹਿਨੀ, ਤੇਰੀ ਪੂਜਾ ਕਰਨ ਗੁਨਾ ਕਹਿਨੀ। ਮੈਨੂੰ ਆਦਤ ਬਾਤੇ ਸਮਣ ਦੀ ਹੈ, ਕਿਆ ਕਰਾਂ ਆਪਣੇ ਵਸ ਕਹਿਨੀ, ਹੇ ਵਕਤ ਜ਼ਵਾਰ ਨੀ ਬੜਦਾ ਪਏ, ਮੈਨੂੰ ਕੂੜ ਦੀ ਬਿਲਕੁਲ ਦੱਸ ਕਹਿਨੀ। ਓਏ ਤੂੰ ਨਿਕਲੇ ਨਿੰਦਰਾਂ ਨਿਖੜੀਆਂ ਗਿਨ, ਕਿਵੇਂ ਆਖਾਂ ਮੈਨੂੰ ਕਸ ਕਹਿਨੀ, ਆਵੇਂਦੀ ਨਿੰਦਰ ਸਿਰਾਣੇ ਤੇ, ਬਰ ਤੇਰੀ ਬਾਂਝ ਚਸ ਕਹਿਨੀ, ਬਰ ਤੇਰੀ ਬਾਂਝ ਚਸ ਕਹਿਨੀ। ਓ ਗੱਲ ਮੁੱਕਦੀ ਹੈ ਡਰ ਜ਼ਿੰਦਗੀ ਏ, ਮੇਡੀ ਅੱਜ ਲਊਂ ਪਿਆਰ ਤੂੰ ਬਾਸੇ, ਜਿਹੜਾ ਜੇਬ ਦੁਤਾੜ ਕੇ ਰਹੇ ਅਕਸਰ, ਮੇਡੀਓਂ ਗਮ ਖਾਰ ਤੂੰ ਬਾਸੇ, ਹੋਵੇ ਸੱਜਣ ਮੇਡਾ ਵੰਜ ਗੈਰ ਦੇ ਘਰ, ਮੇਡੀਓਂ ਦਿਲਦਾਰ ਤੂੰ ਬਾਸੇ, ਹੁਣ ਚੰਨ ਪਰਦੇਸ ਚ ਰੁਲ ਮਰ ਸਾਂ, ਮੇਡੀ ਸਜਣ ਦੇ ਸ਼ਾਰ ਤੂੰ ਬਾਸੇ, ਦਿਲ ਮੰਗ ਪੋਵੀ ਤਾ ਲੰਘ ਆਵੀ, ਮੇਡੇ ਘਰ ਦਾ ਸੁਖਾਰਾਏ, ਹਾਂ ਵਾਸੀ ਦੁੱਖ ਦੇ ਸੂਬੇ ਦਾ, ਜ਼ਿਲ੍ਹਾ ਗਮ ਤਹਿਸੀਲ ਜਫਾਏ, ਚੰਦ ਮੀਲ ਫਿਰਾ ਕਿਤੇ ਮੋਜ਼ੇ ਕੋਏ ਕੀ ਹੰਝੂਆਂ ਦਾ ਦਰਿਆਏ, ਜੱਡਾ ਸ਼ਾਕਿਰ ਪਰਲੀ ਮਣ ਟਪਸੇ, ਅੱਗੂ ਸਾਹਮਣੇ ਸਾਡੀ ਜਾਏ, ਤਾਰਾ ਗੋਲੋ ਓਏ ਅੱਲਾ ਦੀਆਂ ਅੱਲਾ ਜਾਣੇ, ਡੋਲਾ ਮਸਤ ਮਹੋਲੋਵੇ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਉਸਤਾਦ ਰਫੀਕ ਨੇ ਧੁਣਾ ਪਾ ਦਿੱਤੇ, ਧਮਾ ਚੌਕੜੀ ਪ੍ਰੋਗਰਾਮ ਕਰ ਦਿੱਤੇ। ਉਸਤਾਦ ਰਫੀਕ, ਉਸਤਾਦ ਸ਼ਫੀਕ ਸਾਹਿਬ ਤੁਹਾਡੇ ਉਸਤਾਦ ਹਨ, ਜਾਂ ਤੁਸੀਂ ਖੁਦ ਹੀ ਮੌਸੀਕੀ ਸਿੱਖੀ ਹੈ? ਖੁਦ ਮੌਸੀਕੀ ਸਿੱਖੀ, ਫਿਲਹਾਲ ਉਸਤਾਦ ਕੋਈ ਨਹੀਂ ਬਣਾਇਆ ਜੀ। ਜੀ, ਇਰਾਦਾ ਇਹ ਬਣਾਉਣ ਦਾ। ਵਾਹ ਜੀ ਵਾਹ, ਉਸਤਾਦ ਹੋਣਾ ਚਾਹੀਦਾ ਜਿਵੇਂ ਕਿ ਸਾਰੇ ਉਸਤਾਦ ਰਾਣਾ। ਏਡੀ ਨਵਾਜ਼, ਅਸੀਂ ਸ਼ੁਕਰ ਗੁਜ਼ਾਰ ਹੈ ਕਿ ਸਾਕੋ ਉਹਨਾਂ ਨੇ ਕਿੱਥੋਂ ਚਾਹ ਕੇ ਕਿੱਥੇ ਪਏ ਕਿਹੜੇ ਸਟੇਜ 'ਤੇ ਬਜਾਏ। ਜੀ ਦੋਸਤੋ, ਹੁਣ ਤੁਹਾਡਾ ਸੁਣਾ, ਤੁਹਾਡਾ ਸੱਜਣ, ਤੁਹਾਡਾ ਬੇਲੀ, ਹੁਣ ਤੁਹਾਡੇ ਕੋਲ ਇਜਾਜ਼ਤ ਮੰਗਸੀ, ਅੱਲਾ ਸੋਹਣੇ ਦੀ ਅਮਾਨ।